ਸਪੈਸ਼ਲ ਸੈੱਲ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਲਾਰੈਂਸ ਬਿਸ਼ਨੋਈ ਤੇ ਕਾਲਾ ਜਠੇੜੀ ਗੈਂਗ ਦੇ ਸ਼ੂਟਰਾਂ ਨੂੰ ਕਾਬੂ ਕੀਤਾ ਗਿਆ। ਤਾਂ ਦੱਸ ਦਈਏ ਕਿ ਸਪੈਸ਼ਲ ਸੈੱਲ ਨੇ 5 ਸ਼ਾਰਪ ਸ਼ੂਟਰਾਂ ਨੂੰ ਕਾਬੂ ਕੀਤਾ ਹੈ, ਜੋ ਕਿ ਹਰਿਆਣਾ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਨੇ। ਲਾਰੈਂਸ ਬਿਸ਼ਨੋਈ ਤੇ ਕਾਲਾ ਜਠੇੜੀ ਗੈਂਗ ਦੇ ਨਾਲ ਇਹ ਸ਼ਾਰਪ ਸ਼ੂਟਰ ਦੱਸੇ ਜਾ ਰਹੇ ਨੇ, ਤੇ ਜੋ ਵਿਰੋਧੀ ਗੈਂਗ ਦੇ ਸ਼ੂਟਰ ਨੇ ਉਹ ਇਹਨਾਂ ਦੇ ਟਾਰਗੇਟ ਤੇ ਸੀ। ਦਰਅਸਲ ਤੁਹਾਨੂੰ ਪੂਰਾ ਮਾਮਲਾ ਦੱਸ ਦਈਏ ਕਿ ਦਿੱਲੀ ਦੀ ਸਪੈਸ਼ਲ ਸੈੱਲ ਦੇ ਕੋਲ ਇਨਪੁਟ ਮਿਲੇ ਸੀ ਕਿ ਦਿੱਲੀ ਦੇ ਦਵਾਰਕਾ ਇਲਾਕੇ ਦੇ ਵਿੱਚ 5 ਸ਼ਾਰਪ ਸ਼ੂਟਰ ਘੁੰਮ ਰਹੇ ਨੇ, ਜਿਨ੍ਹਾਂ ਦੇ ਕੋਲ ਨਜਾਇਜ਼ ਹਥਿਆਰ ਵੀ ਨੇ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਦਿੱਲੀ ਦੀ ਸਪੈਸ਼ਲ ਸੈੱਲ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਹਾਲਾਂਕਿ ਇਹਨਾਂ ਦੀ ਨਾ ਕਾਲਾ ਜਠੇੜੀ ਗੈਂਗਸਟਰ ਕਾਫੀ ਸੁਰਖੀਆਂ ਦੇ ਵਿੱਚ ਹੈ, ਕਿਉਂਕਿ 12 ਮਾਰਚ ਨੂੰ ਗੈਂਗਸਟਰ ਕਾਲਾ ਜਠੇੜੀ ਦਾ ਵਿਆਹ ਗੈਂਗਸਟਰ ਅਨੁਰਾਧਾ ਚੌਧਰੀ ਦੇ ਨਾਲ ਹੋਣ ਵਾਲਾ ਹੈ। ਤੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜੋ ਗੈਂਗਸਟਰ ਕਾਲਾ ਜਠੇੜੀ ਹੈ ਉਹ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ। 12 ਮਾਰਚ ਨੂੰ ਉਸਨੂੰ 6 ਘੰਟੇ ਦੀ ਵਿਆਹ ਦੇ ਲਈ ਪੈਰੋਲ ਮਿਲਣੀ ਹੈ, ਤੇ 13 ਮਾਰਚ ਨੂੰ 3 ਘੰਟਿਆਂ ਦੇ ਲਈ ਗ੍ਰਹਿ ਪ੍ਰਵੇਸ਼ ਦੇ ਲਈ ਕਾਲਾ ਜਠੇੜੀ ਨੂੰ ਪੈਰੋਲ ਮਿਲਣੀ ਹੈ। ਪਰ ਦੱਸ ਦਈਏ ਕਿ ਵਿਆਹ ਤੋਂ ਠੀਕ ਇੱਕ ਦਿਨ ਪਹਿਲਾਂ ਗੈਂਗਸਟਰ ਕਾਲਾ ਜਠੇੜੀ ਗੈਂਗ ਦੇ ਜੋ ਸ਼ਾਰਪ ਸ਼ੂਟਰ ਨੇ ਉਹ ਕਾਬੂ ਕੀਤੇ ਗਏ ਨੇ। ਹਾਲਾਂਕਿ ਇਹਨਾਂ ਦੇ ਜੋ ਟਾਰਗੇਟ ਸੀਗੇ ਉਹ ਸੀਗੇ ਜੋ ਵਿਰੋਧੀ ਗੈਂਗ ਦੇ ਸ਼ੂਟਰ ਨੇ, ਉਹਨਾਂ ਦਾ ਟਾਰਗੇਟ ਜੋ ਹੈ ਇਹਨਾਂ ਨੂੰ ਦਿੱਤਾ ਗਿਆ ਸੀ। ਤੇ ਕੱਲ੍ਹ ਨੂੰ ਯਾਨੀ ਕਿ 12 ਮਾਰਚ ਨੂੰ ਕਾਲਾ ਜਠੇੜੀ ਦਾ ਵਿਆਹ ਹੋਣ ਵਾਲਾ ਹੈ। ਦਵਾਰਕਾ ਤੋਂ ਇਹਨਾਂ 5 ਸ਼ਾਰਪ ਸ਼ੂਟਰਾਂ ਨੂੰ ਕਾਬੂ ਕੀਤਾ ਗਿਆ, ਤੇ ਇਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਦਿੱਲੀ ਦੀ ਸਪੈਸ਼ਲ ਸੈੱਲ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਕਾਲਾ ਜਠੇੜੀ ਗੈਂਗ ਦੇ 5 ਸ਼ਾਰਪ ਸ਼ੂਟਰਾਂ ਨੂੰ ਕਾਬੂ ਕੀਤਾ ਗਿਆ, ਤੇ 12 ਮਾਰਚ ਨੂੰ ਕਾਲਾ ਜਠੇੜੀ ਦਾ ਵਿਆਹ ਹੋਣਾ ਹੈ। ਗੈਂਗਸਟਰ ਅਨੁਰਾਧਾ ਚੌਧਰੀ ਦੇ ਨਾਲ ਉਹ ਵਿਆਹ ਦੇ ਬੰਧਨ ਦੇ ਵਿੱਚ ਵੱਜਣਗੇ। ਇਸ ਸਮੇਂ ਜੇਕਰ ਗੱਲ ਕੀਤੀ ਜਾਵੇ ਗੈਂਗਸਟਰ ਕਾਲਾ ਜਠੇੜੀ ਦੀ, ਤਾਂ ਉਹ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ।